ਬਾਪ ਸਾਨੂੰ ਘੂਰਦਾ ਹੈ ਬਾਪ ਕਿਉਂ ਘੂਰਦਾ ਸਾਨੂੰ ਕਿਉਂ ਬਾਪ ਕੋਲ ਉਹ ਜ਼ਿੰਦਗੀ ਦਾ ਐਕਸਪੀਰੀਅੰਸ ਹੁੰਦਾ ਹੈ ਬਾਪ ਕੋਲ ਉਹ ਤਜਰਬਾ ਹੁੰਦਾ ਜ਼ਿੰਦਗੀ ਦਾ ਕਿ ਜਿੱਥੋਂ ਮੈਂ ਧੱਕੇ ਖਾਧੇ ਆ ਉੱਥੋਂ ਮੇਰੀ ਔਲਾਦ ਧੱਕੇ ਨਾ ਖਾਵੇ ਜਿੱਥੋਂ ਮੈਂ ਧੋਖਾ ਖਾ ਗਿਆ ਉੱਥੋਂ ਮੇਰੀ ਔਲਾਦ ਧੋਖਾ ਨਾ ਖਾਵੇ ਇਸ ਕਰਕੇ ਬਾਪੂ ਆਪਣੂ ਮਾੜੀਆਂ ਥਾਵਾਂ ਤੋਂ ਜਾਣ ਲਈ ਰੋਕਦਾ ਹੈ ਉਹ ਐਵੇਂ ਬੁਰਾ ਨਹੀਂ ਬਣਾਉਣਾ ਚਾਹੀਦਾ ਬਾਪੂ ਦੀਆਂ ਗੱਲਾਂ ਦਾ ਕਿਉਂਕਿ ਦੁਨੀਆਂ ਤੇ ਇੱਕੋ ਇੱਕ ਸ਼ਖਸ ਉਹ ਬਾਪੂ ਹੈ ਜਿਹੜਾ ਚਾਹੁੰਦਾ ਵੀ ਜੇ ਮੈਂ ਇਹ ਐਸ ਆਈ ਹਾਂ ਤਾਂ ਮੇਰਾ ਪੁੱਤ ਡੀ ਜੇ ਪੀ ਲੱਗੇ ਇੱਕ ਵਾਰ ਬਾਪੂ ਨੂੰ ਪਿਆਰ ਕਰਨ ਵਾਲੇ ਤਾੜੀਆਂ ਮਾਰੋ ਕੱਲਾ ਕੱਲਾ ਦਿਨ ਐਸਾ ਮੇਰੇ ਤੇ ਲਵਲੀ ਸ਼ੁਦਾਈ ਜਿੰਨੇ ਸਾਲ ਦਾ